ਸਰਦਾਰ ਮੈਨੂੰ 30 ਸਾਲ 32 ਸਾਲ ਸਿਆਸਤ ਹੋ ਗਏ ਤੇ ਮੈਨੂੰ ਪਤਾ ਹੈ ਵੀ ਕੌਣ ਮੇਨ ਸਾਨੂੰ ਵੋਟਾਂ ਪਾਉਣ ਵਾਲੇ ਕੌਣ, ਕਿਉਂਕਿ ਵੋਟ ਜਿਹਨੇ ਵੋਟ ਜਿਹੜਾ ਪਾਉਂਦਾ ਉਹਦੇ ਪਿੱਛੇ ਸਾਰਿਆਂ ਦੇ ਮੈਂ ਤਾਂ ਵੋਟ ਪਾ ਕੇ ਮੇਰਾ ਕੰਮ ਕਰ। ਪਰ ਜਿਹੜੇ ਕੁਛ ਲੋਕ ਇਸ ਤਰ੍ਹਾਂ ਦੇ ਹੁੰਦੇ ਆ, ਮਤਲਬ ਪ੍ਰਸਤ ਹੁੰਦੇ ਆ, ਉਹਨਾਂ ਲੋਕਾਂ ਨੂੰ ਇਹ ਹੁੰਦਾ ਕਿ ਅਸੀਂ ਅੱਗੇ ਜਾ ਕੇ ਲੱਗ ਜਾਈਏ, ਸ਼ਾਇਦ ਸਾਡਾ ਇਹੋ ਜਿਹੇ ਵੋਟਾਂ ਨੂੰ ਪਾਈਏ। ਹਰੇਕ ਦਾ ਪਤਾ ਜਿਹਨੇ ਵੋਟ ਪਾਈ ਹੈ ਨਹੀਂ ਪਾਈ, ਅਸੀਂ ਇਸ ਕਿਸੇ ਨੂੰ ਨਾ ਨੀ ਕਰ ਸਕਦੇ, ਨਾ ਹੀ ਕੀਤੀ ਹੈ। ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿਹਨਾਂ ਵੋਟਾਂ ਪਾਈਆਂ, ਅਸੀਂ ਪਿੰਡ ਪਿੰਡ ਦੇ ਵਿੱਚ ਸ਼ਨਾਖਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਿਲ ਦੇਵਾਂਗੇ ਜਿਹਨਾਂ ਲੋਕਾਂ ਨੇ ਸਾਡੇ ਨਾਲ ਬਾਣਾ ਬੋਲਣ। ਲੋਕ ਸਭਾ ਇਲੈਕਸ਼ਨ ਜਿੱਤਣ ਤੋਂ ਬਾਅਦ ਕਾਂਗਰਸ MP ਸ਼ੇਰ ਸਿੰਘ ਘੁਬਾਏ ਦਾ ਜਿਹੜਾ ਬਿਆਨ ਆਇਆ, ਇਹਨੂੰ ਅਸੀਂ ਕੰਡੈਮ ਕਰਦੇ ਹਾਂ। ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕੰਸਟੀਟਿਊਸ਼ਨਲ ਵਾਇਲੇਸ਼ਨ ਹੈ। ਕਾਂਗਰਸ ਦੀ ਉਹ ਮਾਨਸਿਕਤਾ, ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ। ਹਾਲਾਂਕਿ ਥੋੜੇ ਦਿਨ ਬਾਅਦ ਘੁਬਾਇਆ ਸਾਹਿਬ ਨੇ ਸੰਵਿਧਾਨ ਦੀ ਸਹੁੰ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ, ਲੇਕਿਨ ਅਹੰਕਾਰ ਸਿਰ ਚੜ ਕੇ ਬੋਲ ਰਿਹਾ ਹੈ। ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ, ਮੈਨੂੰ ਲੱਗਦਾ ਸਿੱਧਾ ਸਿੱਧਾ ਅਨਡੈਮੋਕ੍ਰੇਟਿਕ ਹੈ, ਅਹੰਕਾਰੀ ਰਵੱਈਆ, ਅਨਕੋਨਸਟੀਟਿਊਸ਼ਨਲ ਵੀ ਆ। ਔਰ ਆਮ ਆਦਮੀ ਪਾਰਟੀ ਸਿਰੇ ਤੋਂ ਇਸ ਤੋਂ ਕੰਡੈਮ ਵੀ ਕਰਦੀ ਹੈ ਔਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਘੁਬਾਇਆ ਨੂੰ ਆਪਣੇ ਇਸ ਬਿਆਨ ਲਈ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫ਼ੀ ਮੰਗਣੀ ਚਾਹੀਦੀ।